ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਵਿੱਚ। ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ, ਤਾਂ ਵੀਡੀਓ ਨੂੰ ਚੱਲਦੇ ਚੱਲਦੇ ਹੀ ਸ਼ੇਅਰ ਕਰ ਦਿਓ ਜੀ, ਤਾਂ ਜੋ ਵੱਧ ਤੋਂ ਵੱਧ ਵੀਰ ਭਰਾ ਭੈਣਾਂ ਆਪਣੇ ਸਿੱਖ ਇਤਿਹਾਸ ਨਾਲ ਜੁੜ ਸਕਣ। ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਦੀ ਜੋ ਸਮੁੱਚੀ ਦਸ਼ਾ ਜਾਂ ਉਦੋਂ ਆਮ ਲੋਕਾਂ ਜਾਂ ਆਮ ਨਾਗਰਿਕਾਂ ਦੀ ਕੀ ਦਸ਼ਾ ਸੀ, ਕਿਹੋ ਜਿਹੇ ਹਾਲਾਤ ਸੀ, ਉਦੋਂ ਹਿੰਦੂਆਂ ਦੀ ਕਿਸ ਤਰ੍ਹਾਂ ਦੀ ਦਸ਼ਾ ਸੀ, ਕਿਹੋ ਜਿਹਾ ਵਾਤਾਵਰਨ ਸੀ, ਇਸ ਵੀਡੀਓ ਵਿੱਚ ਆਪਾਂ ਸੰਖੇਪ ਰੂਪ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇ ਰਾਜਕਾਲ ਬਾਰੇ ਜਾਣਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਦੇਸ਼ ਵਿੱਚ ਅਗਿਆਨਤਾ ਦਾ ਹਨੇਰਾ ਸੀ। 1204 ਈਸਵੀ ਵਿੱਚ ਖਾਨਦਾਨੀ ਮੁਗਲਾਂ ਦਾ ਰਾਜ ਸੀ। ਕੁਤਬਦੀਨ ਐਬਕ ਦੇ ਪਿੱਛੋਂ ਅਲਤਮਸ਼ ਅਲਾਉਦੀਨ ਖਿਲਜੀ ਤੁਗਲਕ ਆਦਿ ਦੇ ਰਾਜ ਵਿੱਚ ਹਿੰਦੂਆਂ ਉੱਤੇ ਬਹੁਤ ਹੀ ਜ਼ਿਆਦਾ ਜ਼ੁਲਮ ਹੁੰਦਾ ਸੀ। ਰਹਿੰਦੀ ਕਸਰ ਤੈਮੂਰ ਦੇ ਹਮਲੇ ਨੇ ਪੂਰੀ ਕਰ ਦਿੱਤੀ ਸੀ, ਜਿਸ ਨੇ 100,000 ਕੈਦੀ ਕਤਲ ਕਰਵਾਇਆ ਸੀ। ਉਸ ਤੋਂ ਬਾਅਦ ਬਹਿਲੋਲ ਖਾਨ ਲੋਧੀ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ। 1468 ਈਸਵੀ ਵਿੱਚ ਬਹਿਲੋਲ ਖਾਨ ਲੋਧੀ ਦੇ ਮਰਨ ਪਿੱਛੋਂ ਉਸਦਾ ਪੁੱਤਰ ਸਿਕੰਦਰ ਲੋਧੀ ਨੇ 1517 ਈਸਵੀ ਤੱਕ ਰਾਜ ਕੀਤਾ। ਉਸਨੇ ਬੇਸ਼ੁਮਾਰ ਮੰਦਰ ਢਾਏ ਅਤੇ ਬਹੁਤ ਹੀ ਜ਼ਿਆਦਾ ਜ਼ੁਲਮ ਕੀਤਾ। ਸੰਨ 1504 ਈਸਵੀ ਵਿੱਚ ਦੌਲਤ ਖਾਨ ਨੂੰ ਸੁਲਤਾਨਪੁਰ ਲੋਧੀ ਦਾ ਨਵਾਬ ਬਣਾਇਆ ਗਿਆ। ਸਿਕੰਦਰ ਲੋਧੀ ਦੀ ਮੌਤ ਪਿੱਛੋਂ ਇਬਰਾਹਿਮ ਲੋਧੀ ਤਖ਼ਤ ਤੇ ਬੈਠਾ, ਤਾਂ ਦੌਲਤ ਖਾਨ ਲੋਧੀ ਨੇ ਆਲਮ ਖਾਨ ਨਾਲ ਰਲ ਕੇ ਬਾਬਰ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦਾ ਸੱਦਾ ਭੇਜ ਦਿੱਤਾ। ਉਸਦੇ ਮਨ ਵਿੱਚ ਖਿਆਲ ਸੀ ਕਿ ਬਾਬਰ ਇਬਰਾਹਿਮ ਲੋਧੀ ਨੂੰ ਹਰਾ ਕੇ ਅਤੇ ਲੁੱਟ ਦਾ ਮਾਲ ਲੈ ਕੇ ਵਾਪਸ ਚਲਾ ਜਾਵੇਗਾ ਤੇ ਰਾਜ ਭਾਗ ਦਾ ਮਾਲਕ ਉਹ ਬਣ ਜਾਵੇਗਾ, ਪਰ ਉਲਟਾ ਹੀ ਲੋਧੀਆਂ ਦਾ ਰਾਜ ਹੀ ਜਾਂਦਾ ਰਿਹਾ ਅਤੇ 1526 ਈਸਵੀ ਵਿੱਚ ਇਬਰਾਹਿਮ ਨੂੰ ਹਰਾ ਕੇ ਤਖ਼ਤ ਦਾ ਮਾਲਕ ਬਾਬਰ ਆਪ ਹੀ ਬਣ ਗਿਆ ਅਤੇ ਮੁਗਲਾਂ ਦਾ ਰਾਜ ਸਥਾਪਿਤ ਕੀਤਾ। ਲੋਧੀਆਂ ਤੋਂ ਪਿੱਛੋਂ ਮੁਗਲਾਂ ਦਾ ਰਾਜ ਦੋਵੇਂ ਹੀ ਵਿਦੇਸ਼ੀ ਸਰਕਾਰਾਂ ਸਨ। ਬਾਦਸ਼ਾਹ ਦੇ ਥੱਲੇ ਨਵਾਬ ਹੁਕਮ ਅਤੇ ਪਿੰਡ ਦੇ ਚੌਧਰੀ ਪਰਜਾ ਉੱਤੇ ਅੰਨਾ ਜ਼ੁਲਮ ਕਰਦੇ ਸਨ। ਇਹਨਾਂ ਦੇ ਰਾਜ ਵਿੱਚ ਕਿਸੇ ਦੀ ਵੀ ਇੱਜ਼ਤ ਪੱਤ ਤੇ ਜਾਣ ਵਾਲ ਸੁਰੱਖਿਅਤ ਨਹੀਂ ਸੀ। ਹਿੰਦੂ ਪਰਜਾ ਦਾ ਹੋਰ ਵੀ ਮਾੜਾ ਹਾਲ ਸੀ। ਉਹਨਾਂ ਨੂੰ ਇਸਲਾਮ ਵਿੱਚ ਲਿਆਉਣ ਲਈ ਧੰਨ ਮਾਲ ਲੁੱਟਣ ਅਤੇ ਬਹੁ ਬੇਟੀਆਂ ਦੀ ਬੇਪਤੀ ਕਰਨ ਨੂੰ ਹੁਕਮਰਾਨਾਂ ਦਾ ਟੋਲਾ, ਜੇ ਕਹਿ ਸਕਦੇ ਹਾਂ, ਸਰਕਾਰ ਆਪਣਾ ਹੱਕ ਸਮਝਦੀ ਸੀ। ਤਾਂ ਸੰਗਤ ਜੀ, ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਦੀ ਦੇਸ਼ ਦੀ ਸਮੁੱਚੀ ਦਸ਼ਾ। ਅਗਲੀ ਵੀਡੀਓ ਵਿੱਚ ਰਾਜਸ਼ੀ ਦੀ ਗੱਲ ਕਰਾਂਗੇ, ਤਾਂ ਜੁੜੇ ਰਹੋ ਸਾਡੇ ਚੈਨਲ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਦੇ ਨਾਲ। ਤੇ ਵੀਡੀਓ ਚੰਗੀ ਲੱਗਦਾ ਜੀ, ਲਾਈਕ ਕਮੈਂਟ ਤੇ ਸ਼ੇਅਰ ਕਰੋ ਜੀ, ਤੇ ਵੀਡੀਓ ਨੂੰ ਕੰਟੀਨਿਊ ਰੱਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।